ਲੁਧਿਆਣਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ ਲੁੱਟ ਦੇ 8 ਮੋਬਾਈਲ, 1 ਕਿਲੋ 100 ਗ੍ਰਾਮ ਅਫੀਮ ਬਰਾਮਦ ਹੋਈ ਹੈ। ਮੀਡੀਆ ਨੂੰ ਦੱਸਦਿਆਂ ADC ਦੀ ਸਿਕੰਦ ਨੇ ਕਿਹਾ ਕਿ ਫੜੇ ਗਏ ਆਰੋਪੀ ਪਿਛਲੇ ਲੰਬੇ ਸਮੇਂ ਤੋਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਆਰੋਪੀਆਂ ਨੇ ਲੁੱਟ ਦੀਆਂ 20 ਵਾਰਦਾਤਾਂ ਨੂੰ ਕਬੂਲਿਆ ਹੈ। ਸ਼੍ਰੀ ਅਨਿਲ ਕੁਮਾਰ ਕੋਹਲੀ ਅਤੇ SHO ਜੋਧੇਵਾਲ ਅਰਸ਼ਪ੍ਰੀਤ ਕੌਰ, ਇਹਨਾਂ ਨੇ ਇੱਕ ਡਰੱਗਸ ਅਤੇ ਸਨੈਚਰ ਦਾ ਮਿਕਸ ਗੈਂਗ ਜਿਹਾ ਬਣਿਆ ਹੋਇਆ ਸੀਗਾ, ਉਹ ਬ੍ਰੇਕਡਾਊਨ ਕੀਤਾ। ਉਹਦੇ 'ਚ 1 ਕਿਲੋ OPM ਅਤੇ 8 ਮੋਬਾਈਲ, ਮੋਟਰਸਾਈਕਲ ਵਗੈਰਾ ਰਿਕਵਰ ਹੋਏ ਨੇ ਫਿਲਹਾਲ। ਬਾਕੀ ਇਹਨਾਂ ਦਾ ਫਰਦਰ ਰਿਮਾਂਡ ਲੈ ਕੇ ਇਹਦੀ ਪੁੱਛਗਿੱਛ ਅਤੇ ਹੋਰ ਰਿਕਵਰੀਜ਼ ਕੀਤੀਆਂ ਜਾਣਗੀਆਂ। ਕਾਫੀ ਕੁਛ ਮੰਨ ਰਹੇ ਨੇ ਇਹ ਸਨੈਚਿੰਗ ਸਨੂਚ ਕੀਤਿਆਂ ਹੋਇਆ, 15-20 ਮੋਬਾਈਲ ਤਾਂ ਆਪਣੇ ਮੂੰਹੋਂ ਕਹਿ ਰਿਹਾ। ਪਲੱਸ OPM ਵਾਲੇ ਤੋਂ ਇਹਦੇ ਫਾਰਵਰਡ ਅਤੇ ਬੈਕਵਰਡ ਲਿੰਕ ਕਿੱਥੋਂ ਲਿਆਉਂਦਾ ਸੀ ਅਤੇ ਅੱਗੇ ਕਿਵੇਂ ਕਿਵੇਂ ਡਿਲੀਵਰ ਕਰਦਾ ਸੀ, ਉਹ ਸਾਰੇ ਅਸੀਂ ਪਤਾ ਕਰਕੇ ਫਿਰ ਤੁਹਾਨੂੰ ਬਾਅਦ 'ਚ ਫਰਦਰ ਦੱਸਾਂਗੇ। ਕੌਣ ਜੀ? ਇਹ ਦੋਨੋਂ ਫਿਲਹਾਲ ਲੁਧਿਆਣੇ ਦੇ ਨੇ, ਪਰ ਜਿਹੜਾ OPM ਲੈ ਕੇ ਆਉਣ ਵਾਲਾ ਹੈ ਇਹ ਪਿੱਛੋਂ UP ਦਾ, ਸਹਾਰਨਪੁਰ ਸਾਈਡ ਦਾ, ਉੱਧਰਲੀ ਸਾਈਡ ਤੋਂ ਹੀ ਲੈ ਕੇ ਆਉਂਦਾ ਸੀ, ਉਹ ਲੈ ਲਿਆ ਅਸੀਂ ਸਾਰਾ। ਹੁਣ ਫਰਦਰ ਅਸੀਂ ਇਹਦਾ ਜੋ ਵੀ ਕਾਨੂੰਨ ਅਨੁਸਾਰ ਹੈਗਾ ਉਹ ਐਕਸ਼ਨ ਕਰ ਰਹੇ ਹਾਂ। ਇਹ ਸਨੈਚਰ ਤੇ ਪਹਿਲਾਂ ਵੀ ਕੇਸ ਰਜਿਸਟਰ ਹੈ, 2 ਸਾਲ ਪਹਿਲਾਂ ਨਾ ਸਨੈਚਿੰਗ ਦਾ ਪਰਚਾ ਦਰਜ ਹੈ। ਐਡਿਕਟ ਹੈ ਥੋੜ੍ਹਾ ਜਿਹਾ ਮੈਡੀਸਨ ਡਰੱਗਸ ਵਗੈਰਾ ਲਿਖ। ਥੈਂਕ ਯੂ। ਕੈਮਰਾਮੈਨ ਟਿੰਕੂ ਦੇ ਨਾਲ ਬਿਊਰੋ ਰਿਪੋਰਟ, KGT ਨਿਊਜ਼, ਲੁਧਿਆਣਾ।